ਅੱਜ ਸਾਡ ਕੁਸਤ ਸਵਾਗਤ ਹੈ ਜ਼ਿੰਦਗੀ ਦਾ ਪਹਿਲਾ 파ਟ ਸਿਹਤ ਅਤੇ ਸਵੱਛਤਾ ਬਾਰੇ ਚਰਚਾ ਕਰਾਂਗੇ ਸਵੱਛਤਾ ਕੀ ਹੈ ਹਾਂਜੀ ਬਿਲਕੁਲ ਠੀਕ ਸਵੱਛਤਾ ਦਾ ਭਾਵ ਹੈ ਸਫਾਈ ਅਤੇ ਰੋਗ ਰਹਿਤ ਹੋਣ ਦੀ ਸਥਿਤੀ ਸਵੱਛਤਾ ਇੱਕ ਸੁਰੱਖਿਆ ਚੱਕਰ ਹੈ ਜੋ ਸਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ ਇਸ ਵਿੱਚ ਤੁਹਾਡੀ ਆਪਣੀ ਤੁਹਾਡੇ ਘਰ ਗਲੀ ਗੁਆਂਢ ਪਿੰਡ ਰਾਜ ਪਾਲਤੂ ਜਾਨਵਰਾਂ ਨਦੀਆਂ ਅਤੇ ਟੋਬਿਆਂ ਦੀ ਸਵੱਛਤਾ ਸ਼ਾਮਿਲ ਹੈ ਸਵੱਛਤਾ ਮਨ ਨੂੰ ਖੁਸ਼ੀ ਦਿੰਦੀ ਹੈ ਇਹ ਸਾਨੂੰ ਰੋਗ ਰਹਿਤ ਬਣਾਉਂਦੀ ਹੈ ਅਤੇ ਸਵੱਛਤਾ ਸਰੀਰਕ ਮਾਨਸਿਕ ਸਮਾਜਿਕ ਅਤੇ ਬੌਧਿਕ ਤੰਦਰੁਸਤੀ ਦਿੰਦੀ ਹੈ ਆਓ ਹੁਣ ਜਾਣੀਏ ਸਵੱਛਤਾ ਕਿਵੇਂ ਰੱਖੀ ਜਾ ਸਕਦੀ ਹੈ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਵੋ, ਰੋਜ਼ ਨਹਾਓ, ਦੰਦਾਂ ਨੂੰ ਸਾਫ਼ ਰੱਖੋ ਅਤੇ ਸਾਫ਼-ਸੁਥਰੇ ਕੱਪੜੇ ਪਾਓ। ਪਿਆਰੇ ਬੱਚਿਓ, ਸਵੱਛਤਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਇਸ ਲਈ ਆਓ ਮਿਲ ਕੇ ਸਵੱਛਤਾ ਲਈ ਸੰਕਲਪ ਲਈਏ। ਸਵੱਛਤਾ ਨੂੰ ਆਪਣੇ ਆਪ ਤੋਂ ਸ਼ੁਰੂ ਕਰੋ। ਆਪਣੇ ਘਰ ਅਤੇ ਆਲੇ-ਦੁਆਲੇ ਦੀ ਸਫਾਈ ਰੱਖੋ। ਗਲੀਆਂ, ਨਾਲੀਆਂ ਅਤੇ ਸੜਕਾਂ ਨੂੰ ਸਾਫ਼ ਰੱਖੋ। ਕੂੜਾ ਹਮੇਸ਼ਾ ਕੂੜੇਦਾਨ ਵਿੱਚ ਹੀ ਸੁੱਟੋ ਬੱਚਿਓ ਤੁਸੀਂ ਸਭ ਨੇ ਕਈ ਥਾਵਾਂ ਤੇ ਦੋ ਰੰਗਾਂ ਦੇ ਕੂੜੇਦਾਨ ਜ਼ਰੂਰ ਵੇਖੇ ਹੋਣਗੇ ਕੀ ਤੁਸੀਂ ਸੋਚਿਆ ਇੰਜ ਕਿਉਂ ਹੁੰਦਾ ਹੈ ਕੂੜਾ ਦੋ ਤਰ੍ਹਾਂ ਦਾ ਹੁੰਦਾ ਹੈ ਗਲਣਯੋਗ ਅਤੇ ਨਾ ਗਲਣਯੋਗ ਗਲਣਯੋਗ ਕੂੜਾ ਜਿਵੇਂ ਕਾਗਜ਼ ਫਲਾ ਅਤੇ ਸਬਜ਼ੀਆਂ ਦੇ ਛਿੱਲੜ ਅਤੇ ਪੱਤੇ ਆਦਿ ਇਸ ਨੂੰ ਹਰੇ ਕੂੜੇਦਾਨ ਵਿੱਚ ਸੁੱਟੋ ਅਤੇ ਇਸ ਦੀ ਖਾਦ ਵੀ ਤਿਆਰ ਕੀਤੀ ਜਾ ਸਕਦੀ ਹੈ। ਨਾ ਗਲਣਯੋਕ ਕੂੜਾ ਜਿਵੇਂ ਪਲਾਸਟਿਕ, ਕੱਚ, ਟੀਨ ਅਤੇ ਪੋਲੀਥੀਨ ਦੀਆਂ ਥੈਲੀਆਂ। ਇਸ ਨੂੰ ਨੀਲੇ ਕੂੜੇਦਾਨ ਵਿੱਚ ਸੁੱਟੋ ਅਤੇ ਇਹਨਾਂ ਨੂੰ ਮੋੜ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਜਿਵੇਂ ਪਲਾਸਟਿਕ ਦੀਆਂ ਬੋਤਲਾਂ ਵਿੱਚ ਪੌਦੇ ਉਗਾਏ ਜਾ ਸਕਦੇ ਹਨ ਅਤੇ ਸਭ ਤੋਂ ਜ਼ਰੂਰੀ ਵੱਧ ਤੋਂ ਵੱਧ ਰੁੱਖ ਲਗਾਓ। ਰੁੱਖ ਲਗਾਓ, ਵਾਤਾਵਰਣ ਬਚਾਓ। ਸਫਾਈ ਰੱਖੋਗੇ ਤਾਂ ਸਫਾਈ ਕਰਨੀ ਨਹੀਂ ਪਾਵੇਗੀ ਤੁਹਾਡੇ ਅੱਜ ਦਾ ਘਰ ਦਾ ਕੰਮ ਹੈ ਕਿ ਤੁਹਾਡੇ ਘਰ ਅਤੇ ਆਲੇ-ਦੁਆਲੇ ਕਿਹੜੇ ਸਥਾਨ ਨੂੰ ਸਵੱਛਨ ਅਤੇ ਕਿਹੜੇ ਨਹੀਂ ਉਹਨਾਂ ਦੇ ਕਾਰਨਾਂ ਦਾ ਪਤਾ ਲਗਾ ਕੇ ਸੁਧਾਰ ਦੇ ਤਰੀਕੇ